ਸੈਲੇਜ ਮਸ਼ੀਨ ਨੂੰ ਮਸ਼ੀਨ 'ਤੇ ਇਹਨੂੰ ਚੌਪ ਕਰਕੇ ਜਨਾਬ ਇਹ ਹੁਣ ਇਹਦੀ ਲਿਪਾਈ ਕਰ ਦਿੱਤੀ ਗਈ ਹੈ। ਇਹਨੂੰ ਬੜੇ ਅੱਛੇ ਤਰੀਕੇ ਦੇ ਨਾਲ ਇਹਨੂੰ ਉੱਥੋਂ ਦਬਾਇਆ ਗਿਆ ਟਰੈਕਟਰ ਦੀ ਮਦਦ ਦੇ ਨਾਲ। ਉਸ ਤੋਂ ਬਾਅਦ ਜਨਾਬ ਇਹ ਹੁਣ ਇਨਸ਼ਾ ਅੱਲਾਹ ਤਕਰੀਬਨ 40 ਦਿਨ ਤੱਕ 40 ਦਿਨ ਤੋਂ ਬਾਅਦ ਇਹ ਤਿਆਰ ਹੋ ਜਾਏਗਾ। ਇਹ ਮੱਕੀ ਨੂੰ ਜਨਾਬ ਚੌਪ ਕੀਤਾ ਹੈ ਸੈਲੇਜ ਮਸ਼ੀਨ 'ਤੇ, ਉਸ ਤੋਂ ਬਾਅਦ ਜਨਾਬ ਇਹਦੀ ਲਿਪਾਈ ਕਰਕੇ ਜਨਾਬ ਇਹ 40 ਦਿਨ ਤੋਂ ਬਾਅਦ ਇਹ ਸੈਲੇਜ ਤਿਆਰ ਹੋ ਗਿਆ। ਇਹਨੂੰ ਡਾਂਪ ਦਿੱਤਾ ਹੈ ਬੜੇ ਅੱਛੇ ਤਰੀਕੇ ਦੇ ਨਾਲ, ਇਹਨੂੰ ਪ੍ਰੈਸ ਕੀਤਾ ਹੈ। ਪ੍ਰੈਸ ਕਰਨ ਤੋਂ ਬਾਅਦ ਜਨਾਬ ਇਹਦੇ ਆਸੇ ਪਾਸੇ ਬਾੜ ਲਾਈਏ ਤਾਂ ਕਿ ਕੋਈ ਜਾਨਵਰ ਵਗੈਰਾ ਕੋਈ ਇਹਦੇ ਉੱਤੇ ਜਾਏ ਨਹੀਂ। ਕੱਲੀ ਇਹਦੇ ਉੱਤੇ ਵਿਛਾ ਕੇ ਜਨਾਬ ਉੱਤੋਂ ਇਹਨੂੰ ਲਿਪਾਈ ਕਰ ਦਿੱਤੀ ਹੈ। ਇਹ ਤਕਰੀਬਨ 40 ਦਿਨ ਤੋਂ ਬਾਅਦ ਤਿਆਰ ਹੋਏਗਾ ਜਨਾਬ, ਅਤੇ ਇਹਦਾ ਰਿਜ਼ਲਟ ਇਨਸ਼ਾ ਅੱਲਾਹ ਜ਼ਬਰਦਸਤ ਆਏਗਾ, ਉਹ ਵੀ ਤੁਹਾਨੂੰ ਦਿਖਾ ਦੇਵਾਂਗੇ।